ਲੁੱਟਖੋ ਕੰਨ ਵਾਲੇ ਨਸ਼ਈ ਦੇ ਚਾੜਿਆ ਘੁਟਾਪਾ। ਲੁਧਿਆਣਾ GRP ਪੁਲਿਸ ਦੁਆਰਾ ਇੱਕ ਨਸ਼ੇੜੀ ਲੁਟੇਰੇ ਦੀ ਚਮ ਕੇ ਖੁੱਟਮਾਰ ਕੀਤੀ ਗਈ। ਜਾਣਕਾਰੀ ਅਨੁਸਾਰ ਇੱਕ ਬਜ਼ੁਰਗ ਲੁਧਿਆਣਾ ਰੇਲਵੇ ਸਟੇਸ਼ਨ 'ਤੇ ਆਪਣੀ ਕਰੀਬ 20,000 ਰੁਪਏ ਦੀ ਰਾਸ਼ੀ ATM ਤੋਂ ਕੱਢਣ ਦੇ ਬਾਅਦ ਜਾ ਰਿਹਾ ਸੀ ਤਾਂ ਰਸਤੇ ਵਿੱਚ ਖੜ੍ਹੇ ਨਸ਼ੇੜੀ ਨੇ ਬਜ਼ੁਰਗ ਦੇ ਪੈਸੇ ਲੁੱਟ ਕੇ ਦੌੜਨ ਦੀ ਕੋਸ਼ਿਸ਼ ਕੀਤੀ, ਮਗਰ ਲੋਕਾਂ ਦੁਆਰਾ ਉਸ ਨੂੰ ਕਾਬੂ ਕੀਤਾ ਗਿਆ। ਇਸ ਮੌਕੇ 'ਤੇ ਲੋਕਾਂ ਨੇ ਅਤੇ ਪੁਲਿਸ ਨੇ ਇਸ ਨੌਜਵਾਨ ਨੂੰ ਘੁਟਾਪਾ ਚਾੜਿਆ ਹੈ। ਪੈਨਸ਼ਨ ਮੈਂ ਲੈ ਕੇ ਮੈਂ ਨੌਕਰੀ ਕੀਤੀ ਹੈ 32 ਸਾਲ ਕਾਰਪੋਰੇਸ਼ਨ 'ਚ, ਇੱਥੇ ਲੁਧਿਆਣਾ ਕਾਰਪੋਰੇਸ਼ਨ 'ਚੋਂ ਪੈਨਸ਼ਨ ਕਢਾਈ ਸੀ ਮੈਂ 20,000 ਰੁਪਇਆ ਜੀ, ਅਤੇ 4-5 ਹਜ਼ਾਰ ਮੇਰੇ ਕੋਲ ਪਹਿਲਾਂ ਸੀਗਾ, 25,000 ਰੁਪਇਆ ਸੀਗਾ। ਅਤੇ ਆਹ ਦੇਖੋ ਮੇਰੀ ਸੋਲੀ ਮੈਂ ਜੇ ਪਾ ਲਈ, ਉੱਥੇ ਬੈਠਾ ਸੀ ਨਾ ਮੈਂ ਬੈਂਦਾ, ਮੈਂ ਕਿਹਾ ਆਰਾਮ ਕਰ ਲਈਏ ਅਤੇ ਆਰਾਮ ਕਰਕੇ ਆਹੋ ਜ਼ਬਰਦਸਤ ਆ ਤਾਂ ਬੋਲ ਕੇ ਆਹੋ ਚੋਰੀ ਕਰ ਲਈ ਨਾ, ਵੇਖਾ ਮੇਰੀ ਪੈਂਟ ਪਾੜ ਕੇ ਬੰਦਾ ਫੜ ਲਿਆ ਮੌਕੇ 'ਤੇ, ਆਹ ਫੜ ਲਿਆ ਮੌਕੇ 'ਤੇ, ਆਹ ਵੇਖ ਪੁਲਿਸ ਵਾਲੇ ਇੱਥੇ। ਮੈਂ ਵਡੂਵਾਲ ਤੋਂ ਆਇਆ ਜੀ, ਵਡੂਵਾਲ ਤੋਂ ਆਇਆ, ਵਡੂਵਾਲ ਮੋਗੇ 'ਚ ਨਹੀਂ ਮਿਲੇ ਨਹੀਂ ਹਲਿਆ ਪੁਲਿਸ ਵਾਲੇ 25,000 ਰੁਪਇਆ। ਨਰਿੰਦਰ ਸਿੰਘ ਆਇਓ ਅੱਛਾ।